ਵੱਡੀ ਖਬਰ ਇਹ ਕਿ ਬੀਜੇਪੀ ਦੀ ਦੂਜੀ ਲਿਸਟ ਜਾਰੀ ਹੋ ਚੁੱਕੀ ਹੈ। ਕਰਨਾਲ ਤੋਂ ਮਨੋਹਰ ਲਾਲ ਖੱਟਰ ਨੂੰ ਟਿਕਟ, ਅੱਜ ਹੀ ਅਸਤੀਫਾ ਦਿੱਤਾ ਵਿਧਾਇਕ ਦੇ ਅਹੁਦੇ ਤੋਂ, ਟਿਕਟ ਕਨਫਰਮ ਹੋਈ। ਐਮਪੀ ਦੀ ਚੋਣ ਲੜਨੀ ਹੈ, ਚਰਚਾ ਚੱਲ ਰਹੀ ਸੀਗੀ ਔਰ ਮਨੋਹਰ ਲਾਲ ਐਮਪੀ ਦੀ ਚੋਣ ਲੜਨ ਜਾ ਰਹੇ ਨੇ ਕਰਨਾਲ ਦੀ ਪਾਰਲੀਮਾਨੀ ਸੀਟ ਤੋਂ। ਮਨੋਹਰ ਲਾਲ ਖੱਟਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ, ਕਰਨਾਲ ਤੋਂ ਟਿਕਟ ਦੇ ਦਿੱਤਾ। ਪਾਰਟੀ ਨੇ ਕਹਿ ਦਿੱਤਾ ਕਿ ਆਓ ਤੁਸੀਂ ਲੋਕ ਸਭਾ ਦੇ ਵਿੱਚ ਆਓ। ਔਰ ਇਹ ਜਿਸ ਦਾ ਜ਼ਿਕਰ ਕਰ ਰਹੇ ਸੀ ਅਸੀਂ ਗੌਰਵ, ਐਮਪੀ ਵਿੱਚ ਵੀ ਇਹੀ ਹੋਇਆ। ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ, ਲੋਕ ਸਭਾ ਦੇ ਵਿੱਚ ਉਤਾਰਿਆ ਜਾ ਰਿਹਾ ਔਰ ਇੱਥੇ ਵੀ ਉਹੀ ਹੋਣ ਜਾ ਰਿਹਾ। ਮਨੋਹਰ ਲਾਲ ਖੱਟਰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ, ਜਾਂ ਇਹ ਕਹਿ ਜਾਵੇ ਕਿ ਉਹਨਾਂ ਨੇ ਆਪਣੀ ਮਰਜ਼ੀ ਨਾਲ ਅਸਤੀਫਾ ਦਿੱਤਾ, ਪਰ ਤਿਆਰੀ ਹੁਣ ਲੋਕ ਸਭਾ ਦੀ। ਓਪੀਨੀਅਨ ਪੋਲ ਦੇ ਵਿੱਚ ਹਰਿਆਣਾ ਦੇ ਵਿੱਚ ਕਿੰਨੀਆਂ ਸੀਟਾਂ ਮਿਲ ਸਕਦੀਆਂ ਨੇ ਬੀਜੇਪੀ ਨੂੰ? 10 ਸੀਟਾਂ ਪਿਛਲੀ ਵਾਰ ਮਿਲੀਆਂ ਸੀ, ਤੇ ਇਸ ਵਾਰ ਕੀ ਹੋਏਗਾ? ਥੋੜ੍ਹੀ ਦੇਰ ਦੇ ਵਿੱਚ ਅਸੀਂ ਤੁਹਾਨੂੰ ਹਰਿਆਣਾ ਦਾ ਅੰਕੜਾ ਦੱਸਣ ਜਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਜੋ ਬੀਜੇਪੀ ਨੇ ਆਪਣੀ ਦੂਜੀ ਲਿਸਟ ਜਾਰੀ ਕੀਤੀ ਹੈ, ਉਸਦੇ ਵਿੱਚ ਮਨੋਹਰ ਲਾਲ ਖੱਟਰ ਕੱਲ ਮੁੱਖ ਮੰਤਰੀ ਸੀ, ਅੱਜ ਪਾਰਲੀਮੈਂਟ ਚੋਣਾਂ ਦੇ ਉਮੀਦਵਾਰ ਨੇ, ਲੋਕ ਸਭਾ ਦੇ ਉਮੀਦਵਾਰ ਨੇ, ਸੰਸਦ ਜਾਣ ਦੀ ਚਾਹਵਾਨ ਨੇ, ਔਰ ਮਨੋਹਰ ਲਾਲ ਖੱਟਰ ਨੂੰ ਟਿਕਟ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਾਬਲੇ ਗੌਰ ਹੈ ਕਿ ਇੱਕ ਵਾਰੀ ਪਹਿਲਾਂ ਵੀ ਲਿਸਟ ਜਾਰੀ ਕੀਤੀ ਗਈ ਹੈ ਔਰ ਦੂਜੀ ਲਿਸਟ ਬੀਜੇਪੀ ਨੇ ਜਾਰੀ ਕਰ ਦਿੱਤੀ ਹੈ, ਕਿਉਂਕਿ ਜਦੋਂ ਲਿਸਟ ਅਸੀਂ ਪੜ੍ਹਦੇ ਹਾਂ, ਸਾਡੀ ਟੀਮ ਪੜ੍ਹਦੀ ਹੈ, ਤਾਂ ਸਭ ਤੋਂ ਇੰਪੋਰਟੈਂਟ ਨਾਮ ਕਿਹੜਾ ਹੈ, ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਲਿਆ ਕੇ ਰੱਖਦੇ ਹਾਂ। ਕਰਨਾਲ ਤੋਂ ਇਸ ਵਾਰ ਸੰਜੇ ਭਾਟੀਆ ਨਹੀਂ ਬਲਕਿ ਮਨੋਹਰ ਲਾਲ ਨੂੰ ਟਿਕਟ ਦੇ ਦਿੱਤੀ ਗਈ ਹੈ, ਔਰ ਬੰਤੋ ਕਟਾਰੀਆ ਨੂੰ, ਰਤਨ ਲਾਲ ਕਟਾਰੀਆ ਨੂੰ ਨਹੀਂ, ਬੰਤੋ ਕਟਾਰੀਆ ਨੂੰ, ਉਹਨਾਂ ਦੀ ਪਤਨੀ ਨੂੰ ਟਿਕਟ ਅੰਬਾਲਾ ਤੋਂ ਦੇ ਦਿੱਤੀ ਗਈ ਹੈ। ਖਬਰ ਇਹ ਹੈ ਇਸ ਸਮੇਂ ਕਿ ਹਰਿਆਣਾ ਦੀਆਂ ਸੀਟਾਂ ਦੇ ਉੱਤੇ ਉਮੀਦਵਾਰਾਂ ਦਾ ਅਨਾਊਂਸਮੈਂਟ ਕਰ ਦਿੱਤਾ ਗਿਆ ਹੈ। ਇੱਕ ਹੋਰ ਸਰਪ੍ਰਾਈਜ਼, ਅਸ਼ੋਕ ਤੰਵਰ ਸਿਰਸਾ ਤੋਂ ਚੋਣ ਲੜ ਰਹੇ ਨੇ। ਬਿਲਕੁਲ, ਅਸ਼ੋਕ ਤੰਵਰ, ਸੁਨੀਤਾ ਦੁੱਗਲ ਕਹਿ ਰਹੀ ਸੀ ਕਿ ਤੰਵਰ ਆਣਗੇ, ਮੈਨੂੰ ਸਪੋਰਟ ਕਰਨਗੇ, ਮੈਂ ਚੋਣ ਲੜਾਂਗੀ। ਅਸ਼ੋਕ ਤੰਵਰ ਟਿਕਟ ਲੈਣ ਦੇ ਵਿੱਚ ਕਾਮਯਾਬ ਰਹੇ ਨੇ, ਸਿਰਸਾ ਲੋਕ ਸਭਾ ਸੀਟ ਜਿਹੜੀ ਹੈਗੀ ਹੈ ਉਸ ਤੇ ਆਣਗੇ ਅਸ਼ੋਕ ਤੰਵਰ, ਔਰ ਹਰਿਆਣਾ ਦੀ ਗੱਲ ਚੱਲ ਰਹੀ ਹੈ, ਅਸੀਂ ਸਾਡੇ ਸਹਿਯੋਗੀ ਸੁਦੇਸ਼ ਨੂੰ ਵੀ ਨਾਲ ਇਨਵੋਲਵ ਕਰਾਂਗੇ। ਸੁਦੇਸ਼, ਹਰਿਆਣਾ ਦੀ ਜਿਹੜੀ ਚਰਚਾ ਚੱਲ ਰਹੀ ਹੈ, ਸੁਦੇਸ਼ ਵੀ ਆਣਗੇ, ਸੁਦੇਸ਼ ਦੇ ਨਾਲ ਵੀ ਗੱਲ ਕਰਾਂਗੇ ਅਸੀਂ, ਔਰ ਹਰਿਆਣਾ ਦੀ ਇਹ ਲਿਸਟ ਹੈਗੀ ਹੈ ਕਿਉਂਕਿ, ਔਰ ਹਰਿਆਣਾ ਦਾ ਉਹ ਅੰਕੜਾ ਹੈਗਾ ਜਿਸ ਤੇ ਅਸੀਂ ਜਾਵਾਂਗੇ ਇਸ ਮੈਗਾ ਓਪੀਨੀਅਨ ਪੋਲ ਦੇ ਵਿੱਚ। ਹਰਿਆਣਾ ਦੀ ਤਸਵੀਰ ਕੀ ਹੈ, ਹਰਿਆਣਾ ਦੇ ਲੋਕ ਕੀ ਕਹਿੰਦੇ ਨੇ, 10 ਸੀਟਾਂ ਨੂੰ ਲੈ ਕੇ ਹਰਿਆਣਾ ਸਰਕਾਰ, 10 ਸਾਲ ਤੱਕ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ, ਇਸ ਵਾਰ ਕੀ ਹੋਏਗਾ 2024 ਲੋਕ ਸਭਾ ਤੇ ਫਿਰ ਵਿਧਾਨ ਸਭਾ? ਗੌਰਵ ਜੀ, ਬਿਲਕੁਲ 2024 ਦਾ ਇੰਤਜ਼ਾਰ ਹੈ, ਪਰ ਇਸ ਤੋਂ ਪਹਿਲਾਂ ਉਮੀਦਵਾਰਾਂ ਦੇ ਨਾਮ ਦੇ ਐਲਾਨ ਨੂੰ ਕਰ ਦਿੱਤਾ ਗਿਆ। 10 ਸੀਟਾਂ ਦੇ ਉੱਤੇ ਜਿਹੜੇ ਕੈਂਡੀਡੇਟ ਐਲਾਨੇ ਗਏ ਨੇ, ਬਹੁਤ ਹੀ ਸਰਪ੍ਰਾਈਜ਼ਿੰਗ। ਅਸ਼ੋਕ ਤੰਵਰ ਨੂੰ ਲੈ ਕੇ ਬਹੁਤ ਚਰਚਾ ਸੀ, ਅਸ਼ੋਕ ਤੰਵਰ ਕਾਂਗਰਸ, ਆਮ ਆਦਮੀ ਪਾਰਟੀ ਹੁੰਦੇ ਹੋਏ ਬੀਜੇਪੀ ਦੇ ਵਿੱਚ ਪਹੁੰਚ ਗਏ, ਟਿਕਟ ਮਿਲ ਗਈ। ਇਹ ਉਹੀ ਸੀਟ ਹੈ ਸਿਰਸਾ ਵਾਲੀ ਜਿੱਥੇ ਇੱਕ ਚੰਗਾ ਪ੍ਰਭਾਵ ਅਸ਼ੋਕ ਤੰਵਰ ਦਾ, ਜਾਂ ਕਹਿ ਸਕਦੇ ਹੋ ਕਿ ਉੱਥੇ ਉਹਨਾਂ ਨੂੰ ਲੱਗਦਾ ਕਿ ਉਹ ਸੀਟ ਕੱਢ ਸਕਦੇ ਨੇ, ਤਾਂ ਸਿਰਸਾ ਤੋਂ ਇਸ ਵਾਰ ਉਮੀਦਵਾਰ ਬਣਾ ਦਿੱਤਾ। ਸਾਡੇ ਨਾਲ ਸੁਦੇਸ਼ ਜੁੜ ਚੁੱਕੇ ਨੇ।